12ਵੀਂ ਕਹਾਣੀ ਇਜ਼ਰਾਈਲੀ ਲੋਕਾਂ ਦਾ ਮਿਸਰ ਦੇਸ਼ੇ ਤੇ ਚਲੀ ਜਾਣਾ। ਮਿਸਰ ਦੇਸ਼ੇ ਤੇ ਆਜ਼ਾਦ ਹੋਈ ਕਰੀ ਇਜ਼ਰਾਈਲੀ ਲੋਕ ਬੜੇ ਖੁਸ਼ ਥੇ। ਸਹਿ ਹੁਣ ਗੁਲਾਮ ਨਹੀਂ ਥੇ, ਕਨੇ ਸਹਿ ਵਾਅਦੇ ਦੇ ਦੇਸ਼ ਜੋ ਯਾਦ ਥੇ। ਜਿਹੜਾ ਕੁਛ ਵੀ ਇਜ਼ਰਾਈਲੀ ਲੋਕਾਂ ਮੰਗਿਆ ਥਾ ਮਿਸਰੀ ਲੋਕਾਂ ਤਿਨਾ ਜੋ ਸੋਨਾ ਚਾਂਦੀ ਕਨੇ ਕੀਮਤੀ ਚੀਜ਼ਾਂ ਕਨੇ ਸਭ ਕੁਛ ਦੇਈ ਦਿੱਤਿਆ। ਦੂਏ ਦੇਸ਼ਾਂ ਦੇ ਕੁਛ ਲੋਕਾਂ ਪਰਮਾਤਮੇ ਪਰ ਵਿਸ਼ਵਾਸ ਕੀਤਾ। ਕਨੇ ਜਲ ਇਜ਼ਰਾਈਲੀ ਲੋਕ ਮਿਸਰ ਦੇਸ਼ੇ ਤੇ ਚਲੀ ਪਏ ਤਾਂ ਸਹਿ ਵੀ ਤਿਨਾ ਸੋਗੀ ਚਲੀ ਪਏ। ਪਰਮਾਤਮੇ ਦਿਨ ਦੇ ਵਕਤ ਤਿਨਾ ਜੋ ਰਸਤਾ ਦੱਸਣੇ ਤਾਈ ਬਦਲੇ ਦਾ ਖੰਭਾ ਤਿਨਾ ਦੇ ਗਾਂ ਗਾਂ ਚਲਾਇਆ। ਕਨੇ ਰਾਤੀ ਦੇ ਵਕਤ ਇਹ ਅੱਗੀ ਦਾ ਖੰਭਾ ਬਣੀ ਗਿਆ। ਪਰਮਾਤਮਾ ਜਿਹੜਾ ਕਿ ਇਸ ਬਦਲੇ ਦੇ ਖੰਭੇ ਚ ਕਨੇ ਅੱਗੀ ਦੇ ਖੰਭੇ ਚ ਥਾ ਹਮੇਸ਼ਾ ਤਿਨਾ ਸੋਗੀ ਥਾ। ਕਨੇ ਸਫ਼ਰ ਕਰਦੇ ਵਕਤ ਤਿਨਾ ਦੀ ਅਗਵਾਈ ਕਰਦਾ ਥਾ। ਤਿਨਾ ਜੋ ਸਿਰਫ ਇਤਨਾ ਕਰਨਾ ਥਾ ਕਿ ਇਸ ਖੰਭੇ ਦੇ ਪਚਾਹ ਚੱਲਣ। ਇਸ ਤੇ ਥੋੜੇ ਵਕਤ ਬਾਅਦ ਫਿਰੋਨ ਕਨੇ ਇਸ ਦੇ ਅਧਿਕਾਰੀਆਂ ਦਾ ਮਨ ਬਦਲੂਈ ਗਿਆ। ਕਨੇ ਸਹਿ ਇਜ਼ਰਾਈਲੀ ਲੋਕਾਂ ਜੋ ਫਿਰੀ ਆਪਣਾ ਗੁਲਾਮ ਬਣਾਉਣਾ ਚਾਹੁੰਦੇ ਥੇ, ਇਸ ਤਾਈ ਤਿਨਾ ਇਜ਼ਰਾਈਲੀ ਲੋਕਾਂ ਦਾ ਪੀਛਾ ਕੀਤਾ। ਇਹ ਪਰਮਾਤਮਾ ਹੀ ਥਾ ਜਿੰਨੀ ਤਿਨਾ ਦੇ ਮਨਾਂ ਜੋ ਬਲੀ ਦਿੱਤਿਆ ਥਾ। ਪਰਮਾਤਮਾ ਇਹ ਇਸ ਤਾਈ ਕੀਤਾ ਕਜੋ ਕਿ ਸਹਿ ਚਾਹੁੰਦਾ ਥਾ ਕਿ ਹਰ ਕੋਈ ਇਹ ਜਾਣੀ ਲੈ ਕਿ ਫਿਰੋਨ ਰਾਜੇ ਕਨੇ ਮਿਸਰੀ ਲੋਕਾਂ ਦੇ ਸਾਰੇ ਦੇਵਤਿਆਂ ਤੇ ਯਹੋਵਾ ਪਰਮਾਤਮਾ ਸਭ ਤੇ ਤਾਕਤਵਰ ਹੈ। ਜਾਲੂ ਇਜ਼ਰਾਈਲੀ ਲੋਕਾਂ ਮਿਸਰ ਦੇਸ਼ ਦੀ ਸੈਨਾ ਜੋ ਆਉਂਦਿਆਂ ਦੇਖਿਆ ਤਾਂ ਤਿਨਾਂ ਜੋ ਪਤਾ ਲੱਗਾ ਕਿ ਸਹਿ ਫਿਰੋਨ ਰਾਜੇ ਦੀ ਸੈਨਾ ਤਿਨਾਂ ਦਾ ਪਿੱਛਾ ਕਰਦੀ ਹੈ। ਕਨੇ ਇਜ਼ਰਾਈਲੀ ਲੋਕ ਫਿਰੋਨ ਰਾਜੇ ਦੀ ਸੈਨਾ ਕਨੇ ਲਾਲ ਸਮੁੰਦਰੇ ਵਿੱਚ ਫਸੀ ਗਏ ਥੇ। ਕਜੋ ਕਿ ਸਹਿ ਬੜੇ ਡਰਾਂ ਦੇ ਥੇ। ਕਨੇ ਰੋਣਾ ਲੱਗੇ ਕਿ ਅਹਾਂ ਮਿਸਰ ਦੇਸ਼ੇ ਜੋ ਕਜੋ ਛੱਡੀ ਕਰੀ ਆਏ, ਹੁਣ ਅਹਾਂ ਜੋ ਮਰਨੇ ਤੇ ਕੋਈ ਨਹੀਂ ਬਚਾਈ ਸਕਦਾ। ਮੂਸੇ ਇਜ਼ਰਾਈਲੀ ਲੋਕਾਂ ਨੇ ਗਲਾਇਆ, ਮਤ ਡਰਾ, ਪਰਮਾਤਮਾ ਅੱਜ ਤੁਹਾਂ ਤਾਈ ਲੜਗਾ, ਕਨੇ ਤੁਹਾਂ ਜੋ ਬਚਾਂਗਾ। ਤਾਲੂ ਪਰਮਾਤਮਾ ਮੂਸਾ ਨੇ ਗਲਾਇਆ, ਇਹਨਾਂ ਲੋਕਾਂ ਜੋ ਲਾਲ ਸਮੁੰਦਰ ਪਾਰ ਕਰਨੇ ਤਾਈ ਗਲਾ। ਤਾਲੂ ਪਰਮਾਤਮਾ ਬਦਲੇ ਦੇ ਖੰਭੇ ਜੋ ਇਜ਼ਰਾਈਲੀ ਲੋਕਾਂ ਕਨੇ ਮਿਸਰੀ ਲੋਕਾਂ ਦੇ ਵਿੱਚ ਕਰੀ ਦਿੱਤਾ ਤਾਂ ਜੇ ਮਿਸਰੀ ਸੈਨਾ ਇਜ਼ਰਾਈਲੀ ਲੋਕਾਂ ਜੋ ਨਹੀਂ ਦਿਖੀ ਸਕਣ। ਪਰਮਾਤਮਾ ਮੂਸਾ ਜੋ ਗਲਾਇਆ, ਸਮੁੰਦਰੇ ਪਰ ਆਪਣਾ ਹੱਥ ਵਧਾ। ਤਿਵੇਂ ਹੀ ਮੂਸਾ ਆਪਣਾ ਹੱਥ ਵਧਾਇਆ, ਕਨੇ ਸਮੁੰਦਰੇ ਦੇ ਦੋ ਹਿੱਸੇ ਹੋਈ ਗਏ। ਕਨੇ ਇਸ ਚ ਜਾਣੇ ਤਾਈਂ ਰਸਤਾ ਤਿਆਰ ਬਣੀ ਗਿਆ। ਇਜ਼ਰਾਈਲੀ ਲੋਕ ਸਮੁੰਦਰੇ ਵਿੱਚ ਸੁੱਕੀਆਂ ਜ਼ਮੀਨਾਂ ਪਰ ਚੱਲਣਾ ਲੱਗੇ, ਕਨੇ ਪਾਰ ਟੱਪੀ ਗਏ। ਤਾਲੂ ਪਰਮਾਤਮਾ ਇਸ ਬਦਲੇ ਜੋ ਉੱਪਰ ਕਰੀ ਲਿਆ ਤਾਂ ਜੇ ਮਿਸਰੀ ਸੈਨਾ ਇਜ਼ਰਾਈਲੀ ਲੋਕਾਂ ਕਨੇ ਸਮੁੰਦਰੇ ਜੋ ਪਾਰ ਕਰਦੇ ਦਿਖੇ। ਮਿਸਰੀ ਸੈਨਾ ਤਿਨਾਂ ਜੋ ਪਕੜਨੇ ਤਾਈਂ ਤਿਨਾਂ ਦਾ ਪਿੱਛਾ ਕਰਨੇ ਦਾ ਫੈਸਲਾ ਲਿਆ। ਇਸ ਤੇ ਬਾਅਦ ਇਹ ਹੋਇਆ ਕਿ ਮਿਸਰੀ ਲੋਕਾਂ ਸਮੁੰਦਰੇ ਦੇ ਵਿੱਚੇ ਵਾਲੇ ਰਸਤੇ ਪਰ ਇਜ਼ਰਾਈਲੀ ਲੋਕਾਂ ਦਾ ਪਿੱਛਾ ਕੀਤਾ। ਅਪਰ ਪਰਮਾਤਮਾ ਮਿਸਰੀ ਸੈਨਾ ਜੋ ਡਰਾਈ ਦਿੱਤਾ, ਕਨੇ ਤਿਨਾਂ ਦੇ ਰਥਾਂ ਦੇ ਟਾਇਰਾਂ ਜੋ ਨਿਕਾਲੀ ਦਿੱਤਾ। ਸਹਿ ਡਰਨਾ ਲੱਗੇ, ਨੱਠਾ ਇਜ਼ਰਾਈਲੀ ਲੋਕਾਂ ਦੀ ਤਰਫਾਂ ਤੇ ਪਰਮਾਤਮਾ ਲੜਦਾ ਹੈ। ਸਾਰੇ ਇਜ਼ਰਾਈਲੀ ਲੋਕ ਸਮੁੰਦਰੇ ਪਾਰ ਪੁੱਜੀ ਗਏ। ਤਾਲੂ ਪਰਮਾਤਮਾ ਮੂਸਾ ਜੋ ਗਲਾਇਆ ਕਿ ਫਿਰ ਸਮੁੰਦਰੇ ਦੀ ਤਰਫ ਹੱਥ ਵਧਾ। ਜਾਲੂ ਮੂਸਾ ਹੱਥ ਵਧਾਇਆ ਤਾਂ ਸਮੁੰਦਰੇ ਦਾ ਪਾਣੀ ਮਿਸਰੀ ਸੈਨਾ ਪਰ ਪਿਆ, ਕਨੇ ਪਹਿਲੇ ਸਾਈਆਂ ਹੋਈ ਗਿਆ, ਸਾਰੀ ਮਿਸਰੀ ਸੈਨਾ ਡੁੱਬ ਗਈ। ਜਾਲੂ ਇਜ਼ਰਾਈਲੀ ਲੋਕਾਂ ਦੇਖਿਆ ਕਿ ਮਿਸਰੀ ਲੋਕ ਮਰੀ ਗਏ ਹਨ ਤਾਂ ਤਿਨਾਂ ਪਰਮਾਤਮੇ ਪਰ ਵਿਸ਼ਵਾਸ ਕੀਤਾ ਕਿ ਮੂਸਾ ਪਰਮਾਤਮੇ ਦੀ ਤਰਫਾਂ ਤੇ ਭਵਿਸ਼ਯ ਵਕਤਾ ਥਾ।
ਇਜ਼ਰਾਈਲੀ ਲੋਕ ਇਸਾ ਗੱਲਾਂ ਪਰ ਖੁਸ਼ ਥੇ, ਕਜੋ ਕਿ ਪਰਮਾਤਮਾ ਤਿਨਾ ਜੋ ਮਰਨੇ ਤੇ ਕਨੇ ਗੁਲਾਮ ਬਣਨੇ ਤੇ ਬਚਾਈ ਲਿਆ ਥਾ। ਹੁਣ ਸਹਿ ਪਰਮਾਤਮਾ ਦੀ ਆਰਾਧਨਾ ਕਰਨੇ ਕਨੇ ਇਸ ਦੇ ਹੁਕਮੇ ਦਾ ਪਾਲਣ ਕਰਨੇ ਤਾਈਂ ਆਜ਼ਾਦ ਥੇ। ਇਜ਼ਰਾਈਲੀ ਲੋਕਾਂ ਆਪਣੀ ਆਜ਼ਾਦੀਆਂ ਦਾ ਤਿਉਹਾਰ ਮਨਾਉਣੇ ਤਾਈਂ ਕਨੇ ਪਰਮਾਤਮਾ ਦੀ ਮਹਿਮਾ ਕਰਨੇ ਤਾਈਂ ਮਤੇ ਗੀਤ ਗਾਏ, ਕਜੋ ਕਿ ਪਰਮਾਤਮਾ ਤਿਨਾਂ ਲੋਕਾਂ ਜੋ ਮਿਸਰੀ ਸੈਨਾ ਤੇ ਬਚਾਇਆ ਥਾ। ਪਰਮਾਤਮਾ ਇਜ਼ਰਾਈਲੀ ਲੋਕਾਂ ਜੋ ਹੁਕਮ ਦਿੱਤਾ ਕਿ ਸਹਿ ਹਰ ਸਾਲ ਤਿਉਹਾਰ ਮਨਾਉਣ, ਇਸਾ ਗੱਲਾਂ ਜੋ ਯਾਦ ਕਰਨੇ ਤਾਈਂ ਕਿ ਕਿਵੇਂ ਪਰਮਾਤਮਾ ਮਿਸਰੀ ਲੋਕਾਂ ਜੋ ਹਰਾਇਆ ਕਨੇ ਤਿਨਾਂ ਜੋ ਗੁਲਾਮੀਏ ਤੇ ਬਚਾਇਆ। ਸਹਿ ਇਸ ਤਿਉਹਾਰੇ ਜੋ ਇੱਕ ਸ਼ੁੱਧ ਮੇਮਨੇ ਦਾ ਬਲੀਦਾਨ ਦੇਈ ਕਰੀ ਮਨਾਉਣ, ਕਨੇ ਇਸ ਮੇਮਨੇ ਜੋ ਭੁੰਨੀ ਕਰੀ ਬਿਨਾਂ ਖਮੀਰੇ ਦੀ ਰੋਟੀਆਂ ਸੋਕੀ ਖਾਣ। ਇਸ ਤਿਉਹਾਰੇ ਜੋ ਫਸਾ ਦਾ ਤਿਉਹਾਰ ਵੀ ਗਲਾਂਦੇ ਹਨ।